ਹਾਲ ਹੈ ਸਾਜੀ? ਠੀਕ ਹੈ ਵੇ। ਤਬੀਅਤ ਸਿਆ ਠੀਕ ਹੈ ਅਲਹਮਦੁਲਿਲਾ। ਇਹ ਕਿਤਨੇ ਅਰਸੇ ਤੋਂ ਇਹ ਪੁਰਾਣਾ ਇੰਜਣ ਚਲਾਈ ਪਏ ਵੇ? ਇਹ ਤਕਰੀਬਨ 70 ਸਾਲ ਥੀਂਦਾ ਪਏ। ਅੱਛਾ, ਇਹ ਡੀਜ਼ਲ ਚੱਲਦੇ ਭਾਤੇ ਜਾਂ ਗੈਸ ਤੇ ਚਲਾਈ ਪਏ ਵੇ? ਨਾ ਭਾਤੇ, ਭਾਤੇ ਚਲਾਈ ਪਏ ਵੇ। ਤੇ ਡੀਜ਼ਲ ਤੇ ਕਿਉਂ ਨਹੀਂ ਚਲਾਉਂਦੇ? ਡੀਜ਼ਲ 350 ਰੁਪਏ ਲੀਟਰ ਡੀਜ਼ਲ ਹੈ ਬਾਹਰ ਖਾਂਦੇ। ਇਹ ਗੱਲ ਠੀਕ ਹੈ। ਇਹ ਨਾਲ ਚੱਕੀ ਵੀ ਸਿਸਟਮ ਹੈ ਪਿਆ ਤੁਹਾਡਾ ਤੇ ਆਰ ਆਈ ਚਲਾਈ ਪਏ? ਆਰ ਆਈ ਚਲਾਈ ਪਏ, ਚੱਕੀ ਚਲਾਈ ਪਏ। ਅੱਛਾ, ਇਹ ਤਾਂ ਦੋ ਉਸਤਾਦ ਕੰਮ ਕਰਨੇ ਪਏ ਤੁਸੀਂ? ਜੀ, ਦੋ ਕਰਨੇ ਪਏ। ਅੱਛਾ, ਕੋਈ ਮੁਸ਼ਕਲ ਕੰਮ ਤਾਂ ਨਹੀਂ? ਨਹੀਂ ਨਹੀਂ, ਕੋਈ ਮੁਸ਼ਕਲ ਨਹੀਂ। ਇਹ ਸਟਾਰਟ ਜਲਦੀ ਥੀਂਦੇ? ਇਹ ਤਕਰੀਬਨ 12 ਸਾਲਾਂ ਦਾ ਬੱਚੇ ਜਿਹੜਾ ਸਟਾਰਟ ਕਰਦੇ। ਅੱਛਾ, ਇਹ ਸਿਆਲੇ ਜਿਹੜੇ ਸਰਦੀ ਹੁੰਦੀ ਹੈ ਉਹਨੇ ਥੀਂ ਵੇਂਦੇ ਸਟਾਰਟ? ਉਹਨੇ ਵੀ ਥੀਂ ਵੇਂਦੇ ਬਾਅਦ। ਅੱਛਾ ਠੀਕ ਹੈ। ਇਹ ਤੁਸੀਂ ਦੀਵਾਰ ਦੇ ਵਿੱਚ ਕਿਤਨਾ ਕੋਲਾ ਇਸਤੇਮਾਲ ਕਰਨ ਦੇ ਵਿੱਚ ਜੋ ਚੱਕੀ ਵੀ ਚੱਲਦੀ ਹੈ ਤੁਹਾਡਾ ਆਰਾ ਵੀ ਚੱਲਦੇ? ਇਹ ਤਕਰੀਬਨ ਸਵਾ ਮਣ ਕੋਲੇ ਦਾ ਖੀਨਾ ਨੇ ਦੀਵਾਰ ਪੂਰੀ ਕੱਢਦੇ। ਅੱਛਾ, ਤੇ ਆਟਾ ਕਿਤਨੇ ਮਣ ਤੁਸੀਂ ਪਿਸਾਈ ਕਰ ਗਿੰਦੇ ਵੀ ਦੀਵਾਰ ਵਿੱਚ? ਤਕਰੀਬਨ ਨਿਕਲਾਂ ਦੇ ਮਣ ਦਾ ਇਹ ਘੰਟੇ ਦੇ ਨਿਕਲਾਂ ਦਾ 7 ਮਣ। 7 ਮਣ ਘੰਟੇ ਨਿਕਲਾਂ ਦੇ? ਤੇ ਮਾਸ਼ਾਅੱਲਾ, ਚੱਕੀ ਤਾਂ ਤੁਹਾਡੇ ਇੰਜਣ ਜਿਹੜਾ ਇਹ ਤਾਂ ਪੂਰੀ ਦੀਵਾਰ ਚੱਲਦਾ ਚੱਲਦਾ ਪਿਆ, ਬੰਦ ਨਹੀਂ ਥਿੰਦਾ ਪਿਆ। ਮਣ ਸਵਾ ਮਣ ਕੋਲੇ ਦਾ ਸਾਰਾ ਇੰਜਣ ਹੈ ਪਿਆ। ਇੰਜਣ ਚੱਕੀ ਫਿਰ ਤੇ ਪਿਆ ਆਟੇ ਪਿਸਾਈ ਵਾਲੀ। ਇਹ ਦੇਖ ਕੇ ਨੋ, ਬੜਾ ਕਮਾਲ ਦਾ ਰਿਜ਼ਲਟ ਹੈ ਯਾਰ ਇੰਜਣ ਦਾ। ਇੰਟਰਵਿਊ ਫਿਰਨੇ ਹੈ ਸਿਸਟਮ ਹੈ ਧੂੰਏ ਵਾਲਾ, ਆਵਾਜ਼ ਕਿੱਥੇ ਦੇ? ਟਾਈਮ ਦਿੱਤੇ ਤੁਹਾਨੂੰ।